ਥਾਣਾ ਜਮਾਲਪੁਰ ਦੇ ਅਧੀਨ ਪੈਂਦੇ ਮਾਤਾ ਰਾਣੀ ਕਲੋਨੀ ਨੇੜੇ ਭਾਰਤ ਬਾਕਸ ਵਿੱਚ ਹਵਸ ਦੇ ਅੰਨੇ ਇੱਕ ਵਿਅਕਤੀ ਵੱਲੋਂ ਇੱਕ 6 ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਾਲੇ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ADCP ਅਜਿੰਦਰ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਦੀ ਦੇਰ ਰਾਤ 6 ਸਾਲਾਂ ਮਾਸੂਮ ਬੱਚੀ ਨੂੰ ਉਸਦੇ ਘਰ ਤੋਂ ਕੋਈ ਵਿਅਕਤੀ ਚੁੱਕ ਕੇ ਨੇੜੇ ਹੀ ਝਾੜੀਆਂ ਵਿੱਚ ਲਿਜਾ ਕੇ ਜਬਰ ਜਨਾਹ ਕੀਤਾ। ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਬੱਚੀ ਨੂੰ ਲੱਭਦੇ ਹੋਏ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਉਹਨਾਂ ਦੇਖਿਆ ਕਿ ਬੱਚੀ ਲਹੂ ਲਹਾਨ ਹਾਲਤ ਵਿੱਚ ਤੜਫ ਰਹੀ ਸੀ ਤਾਂ ਉਸ ਵੇਲੇ ਬੱਚੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਵੀ ਕਰਵਾਇਆ ਗਿਆ ਅਤੇ ਜਿਸ ਦੀ ਇਤਲਾਹ ਫੌਰਨ ਪੁਲਿਸ ਨੂੰ ਦਿੱਤੀ ਗਈ। ADCP ਨੇ ਕਿਹਾ ਕਿ ਪੁਲਿਸ ਤੁਰੰਤ ਕਾਰਵਾਈ ਕਰਦਿਆਂ ਆਰੋਪੀ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਸਮਰਾਲਾ ਚੌਂਕ ਤੋਂ UP ਭੱਜਣ ਦੀ ਫਿਰਾਕ ਵਿੱਚ ਸੀ। ਉਹਨਾਂ ਕਿਹਾ ਕਿ ਆਰੋਪੀ ਤੇ ਮੁਕੱਦਮਾ ਨੰਬਰ 263 ਧਾਰਾ 376 BIPC 6 ਪੋਸੋਕੇ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। माता कॉलोनी। क्या हुआ जो आप यहाँ पे आए हो? हम लोग रात में सोते थे, अपने बेटी के लेके उठा के लेके चल गया। कौन लेके उठा के? तुम्हारी बेटी को चोर। कहाँ रहते हैं उठा के लेके गए? कमरा में मैं सोया था। कितने साल की बेटी है आपकी? 5 साल की। उठा के लेके गए? हम लोग को भी नहीं मालिक। कैसे पता चला आपको? मैंने उठा 2 बजे पेशाब करने लिए तो मैंने देखा कि मैं गुड़िया नहीं है, तो मैंने हल्ला किया लगा। पुलिस प्रशासन से आपने मान की बताया? पुलिस प्रशासन को? हाँ। क्या कहते पुलिस प्रशासन? ਅਸੀਂ FIR ਨੰਬਰ 263 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 364 376 ਅਤੇ ਪੋਕਸੋ ਐਕਟ। ਇਹਦੇ 'ਚ ਆ ਬੱਬਲੂ ਨਾਮਕ ਮੁੰਡਾ ਹੈ, ਇਹਨੇ ਇੱਕ 6 ਸਾਲ ਦੀ ਕੁੜੀ ਨੂੰ ਉਹਦੇ ਵਿਹੜੇ ਤੋਂ ਚੱਕ ਕੇ ਰਾਤ ਨੂੰ 1:30-2 ਵਜੇ ਲੈ ਗਿਆ। ਨੇੜੇ ਹੀ 400-500 ਮੀਟਰ 'ਚ ਝਾੜੀਆਂ ਸੀ ਜਿੱਥੇ ਲਿਆ ਕੇ ਇਹਨੇ ਉਹਦੇ ਨਾਲ ਰੇਪ ਕੀਤਾ। ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇਹ ਪਿੱਛੋਂ UP ਦਾ ਹੈ, ਵੀ ਇਹ UP ਭੱਜਣ ਵਾਲਾ ਹੈ, ਅਤੇ ਅਸੀਂ ਆਪਣੇ ਸੋਰਸਿਸ ਰਾਹੀਂ ਬੜੇ ਤਰੀਕੇ ਨਾਲ ਇਹਨੂੰ ਕੱਲ੍ਹ ਸ਼ਾਮੀ ਸਮਰਾਲਾ ਚੌਂਕ 'ਚ ਅਰੈਸਟ ਪਾਈ ਹੈਗੀ। ਇਹ ਕੁੜੀ ਦੀ 6 ਸਾਲ ਦੀ ਉਮਰ ਸੀਗੀ ਅਤੇ ਇਹ ਅਰਾਊਂਡ 23 ਸਾਲ ਦਾ ਮੁੰਡਾ ਹੈ ਜੀ। ਇੱਥੇ ਮੋਤੀ ਨਗਰ 'ਚ ਇੱਕ ਹੌਜ਼ਰੀ ਦੀ ਸੈਕਟਰੀ 'ਚ ਲੱਗਿਆ ਹੋਇਆ। ਬੁਲਾਨ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।